ਲਾਲ ਮੇਰੇ ਆਏ ਹੈ, ਲਾਲ ਮੇਰੇ ਆਏ ਹੈ, ਲਾਲ ਸਿੰਗਾਰ ਚਾਰ ਸੇਜਾ ਸੰਯੋਗ ਭੋਗ
Yeah.
ਜੰਮਿਆ ਪੂਤ ਭਗਤ ਗੋਵਿੰਦ ਗਾ, ਜੰਮਿਆ ਪੂਤ ਭਗਤ ਗੋਵਿੰਦ ਗਾ, ਪ੍ਰਗਟਿਆ ਸਭ ਮੈਂ ਲਿਖਿਆ ਥੋਰ ਕਾ, ਪ੍ਰਗਟਿਆ ਸਭ ਮੈਂ ਲਿਖਿਆ ਥੋਰ ਕਾ, ਜੰਮਿਆ ਗੋਵਿੰਦ ਕਾ, ਪ੍ਰਗਟਿਆ ਸਭ
धन धन हमारे पाग कर आया फिर मेरा कर आया फिर मेरा धन धन हमारे पाग कर आया फिर मेरा Yeah.
Yes.
ਹਰ ਗੋਬਿੰਦ ਰਚਨ ਰਚ ਥਾਪਿਓ ਥਾਪਨ ਹਰ ਗੁਰ ਹਰ ਗੋਬਿੰਦ ਰਚਨ ਰਚ ਥਾਪਿਓ ਥਾਪਨ ਪੂਰਨ ਬ੍ਰਹਮ ਵਿਵੇਕ ਪ੍ਰਗਟ ਹੋਏ ਆਪਾ ਆਪਨ ਪੂਰਨ ਬ੍ਰਹਮ ਵਿਵੇਕ ਪ੍ਰਗਟ ਹੋਏ ਆਪਾ ਆਪਨ ਹਰ ਗੁਰ ਹਰ ਗੋਬਿੰਦ ਰਚਨ ਰਚ ਥਾਪਿਓ ਥਾਪਨ ਪੂਰਨ ਬ੍ਰਹਮ ਗੁਰ ਰੂਪ ਪ੍ਰਗਟਾਏ ਹੈ।
ਪ੍ਰਗਟਾਏ ਹੈ, ਗੁਰ ਰੂਪ ਪ੍ਰਗਟਾਏ ਹੈ। ਗੁਰ ਨਾਨਕ ਕਹਾਇਓ,
ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਛੱਠਮ ਪੀਰ ਬੈਠਾ ਗੁਰ ਭਾਰੀ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਗੁਰਸਿੱਖਾਂ ਮਨ ਵਾਧਾਈਆਂ ਜਿਨੀ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਬਾਰੇ ਗੁਰੂ ਕੀ ਬਾਣੀ ਵਿੱਚ ਲਿਖਿਆ ਹੈ ਦਸਤਗੀਰ ਹੋਏ ਪੰਜ ਪੀਰ ਹਰਗੁਰ ਹਰਗੋਬਿੰਦ ਅਤੋਲਾ ਜਿਹੜਾ ਤੋਲਿਆ ਨਹੀਂ ਜਾ ਸਕਦਾ ਦੀਨ ਦੁਨੀ ਦਾ ਪਾਤਸ਼ਾਹ ਉਹ ਸਾਰੇ ਇੱਥੋਂ ਦਾ ਵੀ ਅਤੇ ਉੱਥੋਂ ਦਾ ਵੀ ਦੋਨਾਂ ਥਾਵਾਂ ਦਾ ਪਾਤਸ਼ਾਹ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਵਿਕਸੈ ਅੰਤਰਜਾਮੀ ਐਸੇ ਗੁਰੂ ਜੀ ਦਾ ਆਪ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਜਿਹੜਾ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਦੁਨੀਆਂ ਆਵਣ ਜਾਣੀ ਹੈ ਪਰ ਉਹ ਜੋਤ ਬਰਕਰਾਰ ਹੈ ਸ਼ੁਰੂ ਤੋਂ ਆਦਿ ਤੋਂ ਵੀ ਸੀ ਅਤੇ ਹੁਣ ਵੀ ਹੈ ਸ਼੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫਰਮਾਇਓ ਹੋਰ ਕੋਈ ਰਾਜ ਨਹੀਂ ਹੋਣਾ ਕਿਉਂਕਿ ਸਤਿਯੁਗ ਤੈਂ ਮਾਣਿਓ ਛਲਿਓ ਬਲ ਬਾਵਣ ਪਾਇਓ ਤ੍ਰੇਤੇ ਤੈਂ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ ਉਗਰ ਸੈਨ ਕੋ ਰਾਜ ਅਬੈ ਭਗਤੈ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ਼੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫਰਮਾਇਓ ਚਾਰ ਹੀ ਯੁੱਗ ਹੈ ਅਤੇ ਚੌਂ ਯੁੱਗਾਂ ਦੇ ਵਿੱਚੋਂ ਇਹ ਚੌਥਾ ਚੱਲ ਰਿਹਾ ਪਹਿਲਾਂ ਸਤਯੁੱਗ ਤ੍ਰੇਤਾ ਦੁਆਪਰ ਅਤੇ ਹੁਣ ਕਲਯੁੱਗ ਅਤੇ ਚਾਰ ਹੀ ਜੇ ਯੁੱਗ ਹੈ ਤਾਂ ਫਿਰ ਹੋਰ ਪੰਜਵਾਂ 'ਤੇ ਆਉਣਾ ਨਹੀਂ ਇਹਦਾ ਮਤਲਬ ਹੈ ਕਿ ਸਤਯੁੱਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਬਰਾਬਰ ਕੋਈ ਹੋਰ ਜੋਤ ਨਹੀਂ ਆਈ ਅਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਜੋਤ ਦੇ ਸਿੱਖ ਹਾਂ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਉਹ ਜੋਤ ਸਾਡੇ ਵਿੱਚ ਬਿਰਾਜਮਾਨ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਅਤੇ ਅਸੀਂ ਉਹਦੀ ਟੇਕ ਲੈ ਕੇ ਉਹਦੀ ਅਗਵਾਈ ਲੈ ਕੇ ਅਤੇ ਪਰਮੇਸ਼ਰ ਦੇ ਦਰ ਤੱਕ ਪਹੁੰਚਣ ਦਾ ਰੱਬ ਦੇ ਘਰ ਤੱਕ ਪਹੁੰਚਣ ਦਾ ਜਿਹਦੇ ਵਾਸਤੇ ਅਸੀਂ ਆਏ ਹਾਂ ਜਾਂ ਕੋ ਆਏ ਸੋਈ ਬਿਹਾਜੋ ਉਹਦਾ ਮਾਰਗ ਸਾਡੇ ਸਾਹਮਣੇ ਮਹਾਰਾਜ ਦੇ ਸਾਡੇ ਸਾਹਮਣੇ ਗੁਰੂ ਦੀ ਜੋਤ ਪ੍ਰਗਟ ਹੈ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਸਾਡੇ ਕੋਲ ਹੈ ਠੀਕ ਹੈ
ਸਿਮਰਨ ਦੇ ਨਾਲ ਗੱਡੀ ਸਟਾਰਟ ਹੋ ਜਾਂਦੀ ਹੈ। ਪਰ ਜੇ ਗੱਡੀ ਸਟਾਰਟ ਹੋਈ ਰਹੇ ਅਤੇ ਚੱਲੇ ਹੀ ਨਾ, ਤੇਲ ਫੂਕ ਲਵੇ, ਉਹਨੂੰ ਪਤਾ ਹੀ ਨਾ ਹੋਵੇ ਨਕਸ਼ਾ ਜਾਣਾ ਕਿੱਧਰ ਹੈ, ਮਾਰਗ ਦਾ ਹੀ ਨਾ ਪਤਾ ਹੋਵੇ, ਅਤੇ ਗੁਰੂ ਕੀ ਬਾਣੀ ਪਰਮਾਤਮਾ ਦੇ ਦਰ ਦਾ ਮਾਰਗ ਹੈ। ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ। ਜੇ ਨਿਰਾ ਵਾਹਿਗੁਰੂ ਕਹਿ ਕੇ ਹੀ ਗੱਲ ਬਣ ਜਾਂਦੀ ਤਾਂ ਮਹਾਰਾਜ ਨੂੰ ਬਾਣੀ ਲਿਖਣ ਦੀ ਕੀ ਲੋੜ ਸੀ। ਬਾਣੀ ਰਸਤਾ ਹੈ ਕਿ ਤੁਸੀਂ ਕਿਸੇ ਧਾਤ ਮਾਰਗ ਨੂੰ ਨਾ ਤੁਰ ਪਵੋ, ਤੁਸੀਂ ਰੱਬ ਦੇ ਘਰ ਨੂੰ ਤੁਰੋ, ਤੁਸੀਂ ਲਿਵ ਮਾਰਗ ਨੂੰ ਚੱਲੋ। ਇਹ ਜਿਹੜੇ ਅਸੀਂ ਗੁਰਪੁਰਬ ਮਨਾਉਂਦੇ ਨਾ, ਇਹ ਸਿਰਫ ਅਸੀਂ ਆਪਣੇ ਆਪ ਨੂੰ ਰੱਬ ਦੇ ਘਰ ਵੱਲ ਨੂੰ ਤੋਰਨ ਦਾ ਯਤਨ ਕਰਦੇ, ਅਤੇ ਜਿਹੜਾ ਜੁੜ ਜਾਂਦਾ ਹੈ, ਜਿਹੜਾ ਬੈਠ ਜਾਂਦਾ ਹੈ, ਜਿਹੜਾ ਇੱਕਮਿੱਕ ਹੋ ਜਾਂਦਾ ਹੈ, ਉਹਨਾਂ ਦੀ ਗੋਦੀ ਦੇ ਵਿੱਚ ਜਿਹੜਾ ਬੈਠ ਜਾਂਦਾ ਉਹ ਬੋਲ ਦਿੰਦਾ, ਅੱਬ ਤੋ ਜਾਏ ਚੜ੍ਹੈ ਸਿੰਘਾਸਣ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋ ਨਾ ਸਕੇ ਪਛਾਨੀ, ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿਣ, ਭਾਈ ਪ੍ਰਾਪਤ ਮਾਨਕ ਦਿਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਸਾਰੇ ਪ੍ਰਬੰਧਕ ਜਨ, ਜਿੰਨੇ ਵੀ ਪ੍ਰਬੰਧਕ ਜਨ ਬੈਠੇ, ਪ੍ਰਧਾਨ ਜੀ ਬੈਠੇ, ਸਮੂਹਾਂ ਦਾ, ਮੇਰੇ ਵੀਰ ਕਾਨਪੁਰੀ ਜੀ ਵੀ ਬੈਠੇ, ਸਮੂਹ ਸਾਰਿਆਂ ਦਾ, ਸੰਗਤ ਦਾ ਬੜਾ ਵੱਡਾ ਸਹਿਯੋਗ ਹੈ। ਸਾਰਿਆਂ ਦਾ ਇਹ ਕੋਸ਼ਿਸ਼ ਹੈ ਕਿ ਕੋਈ ਰੱਬ ਬਣ ਜਾਵੇ, ਬਸ ਅਸੀਂ ਰੱਬ ਬਣਨ ਆਏ ਹਾਂ, ਕਿਉਂਕਿ ਉਹਦੇ ਤੋਂ ਵਿਛੜੇ ਹਾਂ ਅਤੇ ਉਹੀਓ ਹੀ ਬਣਨ ਆਏ ਹਾਂ। ਸਾਡਾ ਸਫ਼ਰ ਉੱਥੇ ਹੀ ਸਮਾਪਤ ਹੋਣਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਮੂਲ ਨੂੰ ਪਛਾਣਨ ਦੀ ਇੱਥੇ ਬਹਿ ਕੇ ਕੋਸ਼ਿਸ਼ ਕਰਦੇ ਹਾਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਮੈਂ 5 ਵਾਰੀ ਵਾਹਿਗੁਰੂ ਵਾਹਿਗੁਰੂ ਕਰੂੰਗਾ, ਉਸ ਤੋਂ ਬਾਅਦ ਸਮਾਪਤੀ ਮੈਂ ਵੀ ਕੁਛ ਲੁੱਟ ਕੇ ਲੈ ਜਾਵਾਂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੇ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਬੜੇ